Hi there. Do you need papers? And your passport if you have it, please. Okay, we'll get you to hop out. Do you have a high-vis vest? Yeah. Yep. Hello, ਹੋਰ ਮੈਂ ਤੁਹਾਨੂੰ ਪਤਾ ਹੀ ਦੱਸਾਂ ਜਾਣ ਤੋਂ ਪਹਿਲਾਂ ਇਹ ਆਪਣੇ ਕੋਲ ਸ਼ਿਫਟ ਹੈਗੀ ਆ 5:30 ਵਜੇ ਤੱਕ ਇਹਦੇ ਜੇ ਇਹ ਲੋਡ ਨਹੀਂ ਖਾਲੀ ਕਰਦੇ ਤਾਂ ਫਿਰ ਮੈਨੂੰ ਜਿਹੜਾ ਸੈਕਿੰਡ ਕਲਾਇੰਟ ਤੇ ਜਾ ਕੇ ਮੈਂ ਟਾਈਮ ਖਤਮ ਹੋ ਜਾਣਾ ਤੁਰਨ ਤੋਂ ਪਹਿਲਾਂ ਡਰਾਈਵਰ ਬਿਗਿਨ ਕੰਟਰੀ IR GH ਆਇਰਲੈਂਡ ਇੱਥੇ ਕਰ ਲੈਣਾ ਮਗਰ ਮਗਰ ਜਾਣਾ ਬਸ ਦੇਖੋ ਸੋ ਸੌਖਾ ਜਿਹਾ ਪ੍ਰੋਸੀਜਰ ਆ ਹੌਲੀ ਹੌਲੀ ਆਪਣੀ ਗੱਡੀ ਕੱਢਣੀ ਆ ਹੌਲੀ ਹੌਲੀ कोई काली नहीं आपां हुण आयरलैंड जा जे अजे यूरोपियन आयरलैंड जा फिर आपां ने कल नूं जाणा आ इंग्लैंड दे आयरलैंड च हैना उधर नूं जाणा कहिंदा उधर नूं बस आपां इंस्ट्रक्शन देखी जाणी आ इंस्ट्रक्शन दे नाल 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 टायर भी देखणा कि टायर ना आपां मार दईए किसे च पिलर पलर दे विच आ देखो DFDS जिहड़ा है ना ये भी शिप है जिहड़ी ये केले तों जांदी आ केले बॉर्डर तों आयरलैंड नूं इहदा पैरिस दे विच इक बेस आ बणिया होया छोटा जिहा जिहड़े मतलब कि आयरलैंड दा जिहड़ा माल आ जिहड़ा जाणे वाला जिद्दां उह उत्थे पैरिस जांदे आ पैरिस तों लोड करके फिर शिप च कैले तों आ के फड़दे आ शिप ते कैले तों जां इक होर आ नाम फूट दा उत्थों फटदे आ शिप तो उत्थों जांदी है सीधी I'm sorry? Okay. He asked me to talk mate, I don't understand this. Section R section O, Lana section. Rukya hai dan, O section de rukya hai. ਕਰਾਰਾ ਮੈਨੂੰ ਪੱਟਿਆ ਉਸਮੈਂ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨੇ ਕਰਾਰਾ ਮੈਨੂੰ ਪੱਟਿਆ Hi there. Do you need papers? And your passport if you have it, please. Okay, we'll get you to hop out. Do you have a high-vis vest? Yeah. ਲਓ ਜੀ ਗੱਲ ਹੋਈ ਇੱਦਾਂ ਵੀ ਆਪਾਂ ਨੂੰ ਜਦੋਂ ਰੁਕਿਆ ਨਾ ਪੁਲਿਸ ਨੇ ਤੇ ਪੁਲਿਸ ਲੱਗੀ ਆਪਾਂ ਨੂੰ ਇੱਕ ਏਰੀਆ 'ਚ ਜਿੱਥੇ ਤੱਕ ਤੁਸੀਂ ਦੇਖੀ ਵੀਡੀਓ ਹੈ ਨਾ ਇੱਥੇ ਇਹਨਾਂ ਨੇ ਐਕਸਰਾ ਕੀਤਾ ਪੂਰੇ ਟਰੱਕ ਐਂਡ ਟ੍ਰੇਲਰ ਦਾ ਐਕਸਰਾ ਕੀਤਾ ਵੀ ਦੇਖਿਆ ਉਹਨਾਂ ਨੇ ਵੀ ਵਿੱਚ ਕੋਈ ਬੰਦਾ ਤਾਂ ਨਹੀਂ ਵੜਿਆ ਫਿਰ ਉਹਨਾਂ ਦੀ ਤਸੱਲੀ ਨਹੀਂ ਹੋਈ ਪੂਰੀ ਚਲੋ ਉਹ 'ਚ ਹਰਾ ਆ ਗਿਆ ਨਾ ਲਾਈਟ ਲੱਗੀ ਆ ਗਈ ਹਰੀ ਵੀ ਹੈ ਨਹੀਂ ਗਾ ਕੋਈ ਵੀ ਹੈ ਨਾ ਫਿਰ ਵੀ ਉਹਨਾਂ ਨੇ ਹੋਰ ਆਪਣੀ ਤਸੱਲੀ ਕਰਨ ਲਈ ਫਿਰ ਆਪਾਂ ਨੂੰ ਇੱਕ ਪਾਰਕ 'ਚ ਲੈ ਕੇ ਗਏ ਬਾਗ 'ਚ ਲੈ ਕੇ ਗਏ ਅਤੇ ਉੱਥੇ ਉਹਨਾਂ ਨੇ ਕੁੱਤੇ ਛੱਡੇ ਫਿਰ ਕੁੱਤਿਆਂ ਨੇ ਸਮੈਲ ਸਮੁੱਲ ਕੀਤਾ ਸਾਰਾ ਹਿਸਾਬ ਕਿਤਾਬ ਕੁੱਤੇ ਵੀ ਕਹਿੰਦੇ ਭਾਈ ਖੁਸ਼ ਆ ਇਹਦੇ ਤੋਂ ਕੋਈ ਚੱਕਰ ਨਹੀਂ ਗਾ ਅਤੇ ਫਿਰ ਉਹਨਾਂ ਨੇ ਆਹ ਸਾਈਡ ਵਾਲੇ ਕੰਪਾਰਟਮੈਂਟ ਜਿਹੜੇ ਆ ਢੱਕਣ ਖੁਲਾ ਕੇ ਦੇਖੇ ਉਹ ਸਾਈਡ 'ਤੇ ਉਹ
ਖੋਲ੍ਹੇ ਅਤੇ ਫਿਰ ਉਹਨਾਂ ਨੇ ਸਾਨੂੰ ਪੇਪਰ ਫੜਾਏ ਅਤੇ ਮੈਨੂੰ ਜਾਣ ਦੇ ਦਿੱਤਾ। ਬਾਕੀ ਆਪਣੇ ਯੂਰੋਪੀਅਨ ਆਇਰਲੈਂਡ ਦੇ ਵਿੱਚ ਕਿਲੋਮੀਟਰ ਹੀ ਚੱਲਦੇ ਆ, ਮਾਈਲਸ ਸਿਰਫ ਚੱਲੂਗੇ ਆਪਣੇ ਵੈਲਫਾਸਟ ਵਾਲੀ ਸਾਈਡ ਹੈ ਨਾ, ਉੱਧਰ ਵੀ ਆਪਾਂ ਜਾਣਾ ਅਤੇ ਉਹਦੀ ਵੀ ਆਪਾਂ ਅਪਡੇਟ ਦੇਵਾਂਗੇ। ਇਸ ਟਾਈਮ ਆਪਾਂ ਹੈਗੇ ਹਾਂ N11 'ਤੇ ਦੁਬਲਿਨ ਤੋਂ 126 ਕਿਲੋਮੀਟਰ ਅਤੇ ਆਪਾਂ ਜਾਣਾ ਦੁਬਲਿਨ। ਲੱਗ ਗਿਆ ਜਾਮ ਅਤੇ ਪ੍ਰੋਬਲਮ ਇੱਥੇ ਇਹ ਆ, ਇੰਗਲੈਂਡ ਜਾਂ ਤੁਸੀਂ ਆਇਰਲੈਂਡ ਜਦੋਂ ਵੀ ਆਉਂਦੇ ਆ, ਕਿਉਂਕਿ ਆਪਣਾ ਜਿਹੜਾ ਰਾਈਟ ਹੈਂਡ ਸਾਈਡ 'ਤੇ ਗੱਡੀ ਚੱਲਦੀ ਹੈ, ਇੱਥੇ ਲੈਫਟ ਹੈਂਡ ਸਾਈਡ ਚੱਲਦੀ ਹੈ, ਸੋ ਆਪਾਂ ਉਸ ਸਾਈਡ ਤੋਂ ਬਲਾਈਂਡ ਹੈ ਜੇ ਸਾਈਡ ਦੇ ਵਿੱਚ ਜ਼ਿਆਦਾ ਟ੍ਰੈਫਿਕ ਹੈ। ਜਿੱਦਾਂ ਦੇਖੋ ਗੱਡੀਆਂ ਲੱਗੀਆਂ ਇੱਧਰਲੇ ਬੰਨੇ, ਉਹ ਦੇਖੋ ਉੱਪਰਲਾ ਜਿਹੜਾ ਸ਼ੀਸ਼ਾ ਪਤਾ ਨਹੀਂ ਹੁਣ ਤੁਹਾਨੂੰ ਦਿਸਦਾ ਹੋਊਗਾ ਕਿ ਨਹੀਂ, ਉਹਦੇ ਤੋਂ ਆਪਾਂ ਨੂੰ ਉਹ ਆਪਣਾ ਰੈਫਰੈਂਸ ਆ, ਅਦਰਵਾਈਜ਼ ਹੁਣ ਆ ਇੱਧਰਲੀ ਆਪਾਂ ਨੂੰ ਲੋੜ ਹੀ ਨਹੀਂ ਗੀ। ਆਪਾਂ ਨੂੰ ਉੱਧਰਲੇ ਪਾਸੇ ਸਟੇਅਰਿੰਗ ਹੋਵੇ ਤਾਂ ਫਿਰ ਬੰਦੇ ਦਾ ਈਜ਼ੀ ਹੁੰਦਾ, ਅਤੇ ਇਸ ਕਰਕੇ ਫਿਰ ਉਹ ਆਪਾਂ ਨੂੰ ਬੜਾ ਖਿਆਲ ਰੱਖਣਾ ਪੈਂਦਾ, ਮਗਰ ਲੱਗਣਾ ਪੈਣਾ ਇਹਨਾਂ ਦੇ। ਜੇ ਅੱਜ ਲੋਡ ਨਹੀਂ ਖਾਲੀ ਹੁੰਦਾ ਤਾਂ ਫਿਰ ਮੇਰੀ ਜਾਨ, ਮੈਂ ਤਾਂ ਸ਼ਿਫਟ ਖੋਲ੍ਹੀ ਹੈ 2:30 ਵਜੇ, ਉੱਥੋਂ ਆਪਣਾ ਨਿਕਲਣਾ ਪਿਆ ਬਾਹਰ ਸ਼ਿਫਟ 'ਚੋਂ। ਜਿੱਦਾਂ ਆਪਾਂ ਨਿਕਲੇ ਹਾਂ 2:30 ਵਜੇ ਬਾਹਰ, ਅਤੇ ਆਪਣੇ ਕੋਲੋਂ ਸ਼ਿਫਟ ਹੈਗੀ ਹੈ 5:30 ਵਜੇ ਤੜਕੇ ਦੇ, ਅਤੇ ਜੇ ਇਹ ਲੋਡ ਨਹੀਂ ਖਾਲੀ ਕਰਦੇ ਤਾਂ ਫਿਰ ਮੈਨੂੰ ਜਿਹੜਾ ਸੈਕਿੰਡ ਕਲਾਇੰਟ 'ਤੇ ਜਾ ਕੇ ਮੈਂ ਟਾਈਮ ਖਤਮ ਹੋ ਜਾਣਾ, ਉੱਥੇ ਜਾ ਕੇ ਮੈਂ ਖਾਲੀ ਕਰ ਦੂੰਗਾ, ਪਰ ਟਾਈਮ ਖਤਮ ਹੋ ਜਾਣਾ ਨਾ, ਪ੍ਰੋਬਲਮ ਇਹ ਪੈਂਦੀ ਹੈ ਫਿਰ ਮੇਰਾ ਜਿਹੜਾ ਰਿਟਰਨ ਲੋਡ ਮੈਨੂੰ ਮਿਲਿਆ ਆ ਜਿਹੜਾ ਸਵੇਰੇ 4 ਵਜੇ ਦਾ, ਉਹ ਮੇਰੇ ਕੋਲ ਪਰ ਨਹੀਂ ਹੋਣਾ। ਸੋ ਉਹ ਚੀਜ਼ ਆਪਾਂ ਨੂੰ ਥੋੜ੍ਹਾ ਜਿਹਾ ਦੁੱਖ ਦੇ ਰਹੀ ਆ, ਅਤੇ ਇਸ ਕਲਾਇੰਟ 'ਤੇ ਆਪਾਂ ਨੂੰ ਜਾ ਕੇ ਦੇਖਣਾ ਪੈਣਾ ਵੀ ਆਪਾਂ ਨੂੰ ਜੇ ਹੁਣੇ ਖਾਲੀ ਕਰ ਦੇਣਾ ਫਿਰ ਆਪਣੇ ਲਈ ਬਹੁਤ ਬੈਨੀਫਿਸ਼ੀਅਲ ਹੋਣਾ। ਔਨਲਾਈਨ ਉੱਦਾਂ ਮੈਂ ਰਿਵਿਊ ਪੜ੍ਹੇ ਸੀਗੇ, ਉਹਦੇ 'ਚ ਲਿਖਿਆ ਹੋਇਆ ਕਿਸੇ ਵੀ ਟਾਈਮ ਜਾ ਕੇ ਤੁਸੀਂ ਖਾਲੀ ਕਰ ਸਕਦੇ ਹਾਂ, ਪਰ ਮੇਰਾ ਜਿਹੜਾ ਟਾਈਮ ਇੰਸਟਰਕਸ਼ਨ ਦੇ ਉੱਤੇ ਆ ਉਹ ਹੈਗਾ ਆਪਣਾ 27 ਤਰੀਕ ਨੂੰ ਸਵੇਰ ਦਾ। ਸੋ ਲੈਟਸ ਸੀ, ਹੈ ਨਾ, ਆਪਾਂ ਦੇਖਦੇ ਹਾਂ ਆਪਣੀ ਕਿਸਮਤ ਕੀ ਲੈ ਕੇ ਆਉਂਦੀ ਹੈ। ਸੋ ਉਹੀ ਗੱਲ ਹੋ ਗਈ, ਸਟ੍ਰੈਸ ਜਿਹੜਾ ਨਾ ਇਸ ਕੰਮ ਦੇ ਵਿੱਚ ਸਟ੍ਰੈਸ ਜਿਹੜਾ ਉਹ ਬਣਿਆ ਰਹਿੰਦਾ ਆ। ਠੀਕ ਹੈ ਜੀ, ਮੈਂ ਨਿਕਲਦਾ ਟ੍ਰੈਫਿਕ 'ਚੋਂ, ਦੇਖਦੇ ਹਾਂ ਕਿੰਨਾ ਕੁ ਟਾਈਮ ਮੈਨੂੰ ਲੱਗਦਾ ਹੈ ਨਾ। ਕਿਲੋਮੀਟਰ ਰਹਿ ਗਿਆ ਜੀ, ਬਣੇ ਰਹੋ ਨਾਲ ਤੁਸੀਂ। ਬਾਕੀ ਸਾਈਨ ਬੋਰਡ ਜਿਹੜੇ ਇੱਥੇ ਦੇ ਆ ਉਹ ਡਿਫਰੈਂਟ ਆ ਬਾਕੀ ਯੂਰਪ ਨਾਲੋਂ, ਥੋੜ੍ਹਾ ਜਿਹਾ ਮੈਨੂੰ ਅਮੈਰੀਕਨ ਸਟਾਈਲ ਜਿਹੇ ਲੱਗੇ ਆ, ਯੈਲੋ ਯੈਲੋ ਜਿਹੇ, ਜਿੱਦਾਂ ਨਾ ਪੀਲੇ ਰੰਗ ਦੇ ਜ਼ਿਆਦਾ, ਜਿੱਦਾਂ ਰਾਊਂਡ ਅਬਾਊਟ ਤੋਂ ਪਹਿਲਾਂ ਜਿੱਦਾਂ ਕੋਈ ਵੀ ਰਾਊਂਡ ਅਬਾਊਟ ਆਉਂਦਾ ਆ ਉਹ ਤੋਂ ਯਾਰ ਮੈਂ ਦੇਖ ਆ ਦੇਖਿਆ ਆਪਣਾ ਜਿਹੜਾ ਸੀਗਾ ਉਹ ਗੇਅਰ ਜਿਹੜਾ ਸਾਲਾ ਗੇਅਰ ਪੁੱਟਾ ਪਏ, ਕੈਸਟ ਜਿਹੜੀ ਗੱਲਾਂ ਗੱਲਾਂ 'ਚ ਚੇਂਜ ਹੋ ਚੱਲੀ ਸੀ, ਕਿਉਂਕਿ ਆਪਾਂ ਮੁੜੀ ਦਾ ਉੱਧਰਲੀ ਲੇਨ 'ਚ, ਹੈ ਨਾ, ਆਹ ਵਾਲੀ ਲੇਨ ਤਾਂ ਖਾਲੀ ਹੈ ਮੇਰੇ ਵਾਲੀ। ਆਪਾਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਪੈਣਾ ਹੋਰ ਵੀ ਜਦੋਂ ਰੂਟ ਤੋਂ ਆਪਾਂ ਆਉਂਦੇ ਹਾਂ ਨਾ, ਐਂਟਰ ਹੁੰਦੇ ਹਾਂ ਅਤੇ ਥੋੜ੍ਹਾ ਡੇਂਜਰਸ ਆ, ਕਿਉਂਕਿ ਆਪਣਾ ਦਿਮਾਗ ਜਿਹੜਾ ਆ ਯੂਰਪ ਦੇ ਵਿੱਚ ਰਹਿ ਕੇ ਜਿਹੜਾ ਉੱਦਾਂ ਯੂਜ ਟੂ ਹੋਇਆ, ਹੈ ਨਾ, ਐਕਸੀਡੈਂਟ ਦਾ ਇੱਕ ਮੁੱਖ ਕਾਰਨ ਬਣ ਸਕਦਾ ਹੈ। ਆਹ ਲਿਖਿਆ ਲਿਟਲ ਡਿਸਟ੍ਰੀਬਿਊਸ਼ਨ ਸੈਂਟਰ, ਹੁਣ ਆਪਾਂ ਨੇ ਸਾਈਨ ਦੇ ਤਾਂ ਅੰਦਰ ਲਾ, ਹੁਣ ਇੱਧਰ ਨੂੰ ਦੇਖਣਾ ਆਪਾਂ, ਕੋਈ ਬੰਦਾ ਤਾਂ ਨਹੀਂ ਆ ਰਿਹਾ, ਨਹੀਂ ਆ ਰਿਹਾ, ਮੋੜ ਦਿਓ ਵੱਟ ਦਿਓ ਬਸ ਇਹਦੀ ਜਿਹੜੀ। ਲਓ ਜੀ ਆਲਮੋਸਟ ਆਪਾਂ ਲੱਗ ਗਏ ਹਾਂ, ਆਹ ਦੇਖੋ ਜਿੱਦਾਂ ਮੈਂ ਦੱਸਦਾ ਨਹੀਂ ਰਾਊਂਡ ਅਬਾਊਟ ਦੇ ਜਿਹੜੇ ਸਾਈਨ ਆ ਪੀਲੇ ਰੰਗ ਦੇ ਆ, ਆਹ ਦੇਖੋ ਪੁੱਠਾ ਮੁੰਨਾ ਬਣਾ ਆਪਾਂ ਨੂੰ, ਹੈ ਨਾ, ਜਿੱਦਾਂ ਯੂਰਪ 'ਚ ਆਪਾਂ ਮੁੜੀ ਦਾ ਦੂਸਰੇ ਤਰੀਕੇ ਨਾਲ ਉੱਧਰ ਲੈਣ ਚਾਹੁੰਦੇ ਹਾਂ, ਆਪਾਂ ਨੂੰ ਪੁੱਠਾ ਮੰਨਣਾ ਤਾਂ ਲੱਗਾ ਸੀ, ਭੁਲੇਖਾ ਤਾਂ ਨਹੀਂ ਪੈ ਸਕਦਾ, ਬਾਕੀ ਚਲੋ ਯੂ ਆਰ ਨੋਟ ਪਰਫੈਕਟ 100%, ਆਪਾਂ ਟਰਾਈ ਕੀਤੀ ਪਰ ਗੁੱਡਸ ਇਨ ਦਾ ਸਾਈਨ ਲੱਗਾ ਹੈ, ਗੁੱਡਸ ਇਨ ਗੁੱਡਸ ਕਹਿੰਦੇ ਜਿੱਦਾਂ ਲੋਡ ਨੂੰ, ਇੱਕ
ਤਾਂ ਆਪ ਲਿਖਾ ਜਿਹਾ ਪੈਂਦਾ ਨਾ, ਇੱਧਰਲੇ ਬੰਨੇ ਰੱਖਣੀ ਪੈਂਦੀ ਗੱਡੀ। ਆਹ ਦੇਖੋ ਆਹ ਸਾਈਨ ਬੋਰਡ ਆ ਗਿਆ ਫੇਰ ਕਲੀਅਰ ਰੱਖਣ ਦਾ। ਮੈਂ ਕਿਹਾ ਪੈਪ ਜਿਹੇ ਲਾਏ ਇਹਨਾਂ ਨੇ ਬਿਨਾਂ ਗੱਲੋਂ ਹੀ ਆਉਣੀ। ਉਹ ਤਾਂ ਗੁੱਡਸ ਐਂਡ ਗੁੱਡਸ ਆਊਟ ਉਹ ਲਿਖਿਆ ਹੋਇਆ, ਗੁੱਡਸ ਐਂਡ ਗੁੱਡਸ ਆਊਟ ਤਾਂ ਉੱਧਰ ਲਿਖਿਆ ਤਾਂ ਹੈਗਾ ਆ। ਫੇਰ ਲਿਖੇ ਜੇ ਪਾਏ ਇਹਨਾਂ ਨੇ ਬਿਨਾਂ ਗੱਲੋਂ ਹੀ। ਪਾਰਕ ਲਾ ਲਈਏ ਗੱਲ। ਹੋਰ ਮੈਂ ਤੁਹਾਨੂੰ ਪਤਾ ਜੀ ਦੱਸਾਂ ਜਾਣ ਤੋਂ ਪਹਿਲਾਂ ਰਾਹ ਕੇ ਤੁਸੀਂ ਇੰਨੀ ਦੇਰ ਵੇਟ ਕਰਦੇ ਰਹੋਗੇ। ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਦੱਸਦਾ। ਚਲੋ ਯਾਰ ਤੁਸੀਂ ਕਹਿੰਦੇ ਤਾਂ ਮੈਂ ਤੁਹਾਨੂੰ ਆ ਕੇ ਦੱਸ ਦਿੰਦਾ ਗੱਡੀ ਕਿਹੜਾ ਕਾਲੀ ਹੈ, ਕੀ ਖਿਆਲ ਆ। ਇੰਨਾ ਮੈਨੂੰ ਤੁਸੀਂ ਪਿਆਰ ਕਰਦੇ ਆ, ਤੁਸੀਂ ਵੇਟ ਤਾਂ ਕਰ ਹੀ ਸਕਦੇ ਆ, ਹੈ ਨਾ। ਆ ਕੇ ਮੈਂ ਕਰ ਦੱਸ ਦਿੰਦਾ ਗੱਲ। ਸੋਹਣੇ ਪਤਾ ਕਰ ਲਿਆ ਮੈਂ, ਉਹ ਕਹਿੰਦੇ ਰਾਤ ਨੂੰ 11 ਵਜੇ ਖੁੱਲ੍ਹਣਾ ਹੈ, ਦੁਬਾਰਾ 11 ਵਜੇ ਆਪਾਂ ਨੂੰ ਆਉਣਾ ਪੈਣਾ।